ਕੋਈ ਡੋਲਣ ਦੀ ਲੋੜ ਨਹੀਂ। ਇਹ ਜੇ ਕੁੱਤੇ ਬਿੱਲੇ 20 ਵਾਰੀ ਆਪਣੇ ਅੱਗੇ ਆਉਣਗੇ। ਮੈਂ ਕਹਿਣਾ ਚਾਹੁੰਦੀ ਹਾਂ ਵੀ ਇੰਨਾ ਕੁ ਹੱਥ ਵਾਲਾ ਉਹਨਾਂ ਦਾ ਬਣਦਾ ਹੈ। ਇੱਕ ਅੱਧੀ ਸਰਕਾਰਾਂ ਆਪਣਾ ਕੀ ਕਰ ਲੈਣਗੀਆਂ, ਪਹਿਲਾਂ ਇਹਨਾਂ ਨੇ ਕੀ ਕਰ ਲਿਆ। ਮੈਂ ਸਲੂਤ ਕਰਦੀ ਹਾਂ ਨੌਜਵਾਨਾਂ ਨੂੰ ਜਿਨ੍ਹਾਂ ਨੇ ਉਹਨਾਂ ਨੂੰ ਧੂਲ ਚਟਾਈ ਆ। ਜਿਹੜੀ ਸਾਡੀ ਕੌਮ ਹੈ ਨਾ, ਕੌਮ ਇਹ ਇੱਕ ਅਲੱਗ ਕੌਮ ਹੈ, ਇਹ ਕਿਸੇ ਬੁਰਾ ਝੁਕਦੀ ਨਹੀਂ ਹੈਗੀ ਤੇ ਨਾ ਹੀ ਝੁਕੂਗੀ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਹੁਣ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹਾਜ਼ਰੀ ਲਵਾਉਣੀ ਹੈ। ਸਾਰਿਆਂ ਨੇ ਬਾਹਾਂ ਖੜੀਆਂ ਕਰਕੇ ਇੱਕ ਜੈਕਾਰੇ ਦੀ ਹਾਜ਼ਰੀ ਲਵਾਉਣੀ ਹੈ, ਜੋ ਆਪਾਂ ਨੂੰ ਪੰਥ ਖਾਲਸਾ ਦੀ ਨਿਸ਼ਾਨੀ ਆ। ਬਲੇ ਸੋਨਿਆ, ਹੁਣ ਮੈਂ ਤੇ ਪ੍ਰਬੰਧਕਾਂ ਦਾ ਤੇ ਨੌਜਵਾਨਾਂ ਦਾ ਹੱਥ ਜੋੜ ਕੇ ਧੰਨਵਾਦ ਕਰਦੀ ਹਾਂ, ਜੋ ਕਿ ਆਪਣਾ ਇੰਨਾ ਕੁਛ ਹੋਏ ਤੇ ਇੱਥੇ ਹਾਜ਼ਰੀ ਲਵਾਉਣ ਆ ਰਹੇ ਨੇ। ਪਰ ਕੁਝ ਮੀਡੀਆ ਜਿਹੜਾ ਗਲਤ ਫੈਲਾਵਾ ਫੈਲਾ ਰਹੇ ਹੈ ਕਿ ਉੱਥੇ ਦੰਗੇ ਹੋ ਰਹੇ ਨੇ, ਉੱਥੇ ਇਹ ਹੋ ਰਿਹਾ, ਉੱਥੇ ਉਹ ਹੋ ਰਿਹਾ। ਅੱਜ ਮੈਂ ਇੱਥੇ ਆ ਕੇ ਹਾਜ਼ਰੀ ਲਵਾ ਕੇ ਕਹਿਣਾ ਚਾਹੁੰਦੀ ਹਾਂ ਵੀ ਇੱਥੇ ਕੁਛ ਨਹੀਂ ਹੁੰਦਾ, ਇੱਥੇ ਸ਼ਾਂਤ ਪਈ ਹੈ ਸਭ। ਪਰ ਗੰਦੀ ਸਰਕਾਰ BJP ਦੀ, ਇਹਨੂੰ ਧੁਰ ਤੋਂ ਹੀ ਆਹੀ ਕਰਤੂਤਾਂ ਕਰਨੀਆਂ ਹੁੰਦੀਆਂ ਨੇ। ਦਿੱਲੀ ਦੇ ਵਿੱਚ ਟੈਂਟਾਂ ਨੂੰ ਅੱਗ ਲਾਉਂਦੀ ਸੀ, ਸ਼ਰਾਰਤੀ ਅੰਤਰ ਛੱਡਦੀ ਸੀ। ਪਰ ਜਿਹੜੀ ਸਾਡੀ ਕੌਮ ਹੈ ਨਾ, ਕੌਮ ਇਹ ਇੱਕ ਅਲੱਗ ਕੌਮ ਹੈ, ਇਹ ਕਿਸੇ ਬੁਰਾ ਝੁਕਦੀ ਨਹੀਂ ਹੈਗੀ ਤੇ ਨਾ ਹੀ ਝੁਕੂਗੀ। ਮੈਂ ਸਤਿ ਸ੍ਰੀ ਅਕਾਲ ਵੀਰਾ ਬੇਨਤੀ ਕਰਦੀ ਹਾਂ ਵੀ ਜਿਹੜਾ ਪਰਸੋਂ ਹੋਇਆ ਉਹਨਾਂ ਨੇ ਆਪਣੇ ਰੋੜੇ ਚਲਾਏ ਤੇ ਆਪਣੇ ਆਪਣੇ ਬੰਦੇ ਛੱਡ ਕੇ ਸਾਡੇ ਉਹ 'ਚ ਗੰਦ ਪਾਇਆ। ਪਰ ਮੈਂ ਸਲੂਤ ਕਰਦੀ ਹਾਂ ਨੌਜਵਾਨਾਂ ਨੂੰ ਜਿਨ੍ਹਾਂ ਨੇ ਉਹਨਾਂ ਨੂੰ ਧੂਲ ਚਟਾਈ ਆ। ਮੈਂ ਕਹਿਣਾ ਚਾਹੁੰਦੀ ਹਾਂ ਵੀ ਇੰਨਾ ਕੁ ਹੱਥ ਵਾਲਾ ਉਹਨਾਂ ਦਾ ਬਣਦਾ ਹੈ, ਇੰਨਾ ਕੁ ਹੱਥ ਵਾਲਾ ਕਰਨ ਦੀ ਜ਼ਰੂਰਤ ਸੀ। ਪਰ ਹੁਣ ਉਹ ਹੱਥ ਵਾਲਾ ਤਾਂ ਜਦੋਂ ਕਿਸੇ ਦੇ ਭੂਤ ਵੜ ਜਾਂਦਾ ਨਾ, ਕਹਿੰਦੇ ਨੇ ਵੀ ਇਹਦਾ ਹੱਥ ਵਾਲਾ ਕਰਾ ਲਿਆ, ਉਹ ਬਹੁਤ ਜ਼ਰੂਰੀ ਹੈ, ਉਹ ਹੋ ਗਿਆ। ਮੈਂ ਉਹ ਨੌਜਵਾਨਾਂ ਦੇ ਵੀ ਅੱਜ ਸਲੂਟ ਮਾਰਦੀ ਹਾਂ ਤੇ ਜੈਕਾਰਾ ਛੱਡਦੀ ਹਾਂ। ਬੋਲੇ ਸੋਨਿਆ, ਵੀਰੋ ਤੇ ਬਜ਼ੁਰਗੋ, ਨੌਜਵਾਨੋ, ਇਹ ਪਟਿਆੜੀ ਕਲਾ ਜਥੇਬੰਦੀ ਤੋੜ ਕਲਾ ਵਾਲੀਆਂ ਬੀਬੀਆਂ 1.5 ਸਾਲ ਦਿੱਲੀ ਧਰਨੇ ਚ ਨਹੀਂ ਪਿੱਛੇ ਹਟੀਆਂ, ਪਹਿਲਾਂ ਦਿੱਲੀ ਨੂੰ ਧੂੜ ਚਟਾਈ ਹੈ ਤੇ ਹੁਣ ਇਹ ਜਿਹੜੀਆਂ ਸਰਕਾਰਾਂ ਨੇ ਸੈਂਟਰ ਹੁਣ ਫਿਰ ਚੁਕਾਵਾਂਗੇ। ਮੈਂ ਬੇਨਤੀ ਕਰਨਾ ਚਾਹੁੰਦੀ ਹਾਂ ਵੀ ਅਸੀਂ ਤੁਹਾਡੇ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਹਾਂ, ਕੋਈ ਡੋਲਣ ਦੀ ਲੋੜ ਨਹੀਂ। ਇਹ ਜੇ ਕੁੱਤੇ ਬਿੱਲੇ 20 ਵਾਰੀ ਆਪਣੇ ਅੱਗੇ ਆਉਣਗੇ ਤੇ ਆਉਂਦੇ ਰਹਿਣਗੇ, ਆਪਾਂ ਨੇ ਨਹੀਂ ਝੁਕਣਾ। ਜੋ ਵੀ ਕਿਸੇ 'ਤੇ ਪਰਚਾ ਹੁੰਦਾ, ਕੁਛ ਵੀ ਹੁੰਦਾ, ਅਸੀਂ ਅੱਗੇ ਹੋ ਕੇ ਤੁਹਾਡੇ ਨਾਲ ਖੜਾਂਗੇ। ਇਹ ਗੰਦੀ ਸਰਕਾਰਾਂ ਆਪਣਾ ਕੀ ਕਰ ਲੈਣਗੀਆਂ, ਪਹਿਲਾਂ ਇਹਨਾਂ ਨੇ ਕੀ ਕਰ ਲਿਆ। ਪਰ ਆਪਣੀ ਕੌਮ ਹੈ ਜਿਹੜੀ ਕਦੇ ਹਾਰਨ ਵਾਲੀ ਨਹੀਂ। ਮੈਂ ਇਹਨਾਂ ਨੂੰ ਕਹਿਣਾ ਚਾਹੁੰਦੀ ਹਾਂ ਵੀ ਹਲੇ ਵੀ ਆਵਾਜ਼ ਆ ਜਾਓ, ਸਾਡਾ ਸਬਰ ਨਾ ਪਰਖੋ, ਇਹ ਸਬਰ ਤੇ ਸੰਤੋਖ
ਗੱਲ ਬੰਦੀ ਸਿੰਘਾਂ ਦੀ ਰਿਹਾਈ ਵਿੱਚ ਅਸੀਂ ਇੱਥੇ ਹਾਜ਼ਰੀ ਲਵਾਉਣ ਆਉਂਦੇ ਹਾਂ, ਅਸੀਂ ਜਾਪ ਕਰਕੇ ਆਪਣਾ ਜਥਾ ਲੈ ਕੇ ਜਾਂਦੇ ਹਾਂ, ਥੋਤੋਂ ਚੱਲਿਆ ਨਹੀਂ ਜਾਂਦਾ, ਪਰ ਜਿਹੜੇ ਉਹਨਾਂ ਦੇ ਤਲਵੇ ਚੱਕਣ ਵਾਲੇ ਲੋਕ ਨੇ ਉਹ ਆਵਾਜ਼ ਨਹੀਂ ਆਉਂਦੇ, ਚਾਹੇ ਪ੍ਰਸ਼ਾਸਨ ਹੈ ਚਾਹੇ ਕੋਈ ਹੋਰ ਹੈ, ਉਹਨਾਂ ਨੂੰ ਚੇਤਾਵਨੀ ਦੇਣਾ ਚਾਹੁੰਦੀ ਹਾਂ ਕਿ ਸਾਡਾ ਸਬਰ ਨਾ ਪਰਖੋ, ਜਿਹੜਾ ਹੱਥ ਵਾਲਾ ਤੁਹਾਡਾ ਪਰਸੋਂ ਹੋਇਆ ਜੇ ਕਿਤੇ ਫੇਰ ਨਾ ਸਾਨੂੰ ਕਰਨਾ ਪੈ ਜੇ, ਇੰਨੀ ਗੱਲਾਂ ਕਹਿ। ਸਤਿ ਸ੍ਰੀ ਅਕਾਲ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹਾਜ਼ਰੀ ਲਵਾ ਕੇ ਕਹਿੰਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਚੜ੍ਹਦਿਆਂ ਕਲਾ 'ਚ ਰੱਖੀ ਸਾਡੇ ਮੋਰਚੇ ਨੂੰ, ਪੰਥ ਕੀ ਪੰਥ ਕੀ।